ਨਮਸਕਾਰ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਨੰਗਲ ਦੇ ਕਰੀਬੀ ਪਿੰਡ ਭਬੋਰ ਸਾਹਿਬ ਵਿਖੇ ਜੀਵ ਵਿਭਾਗ ਨੂੰ ਇੱਕ ਫੋਨ ਆਉਂਦਾ ਹੈ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਕ ਨੀਲ ਗਾਂ ਦਾ ਬੱਚਾ ਜ਼ਖਮੀ ਰੂਪ ਦੇ ਵਿੱਚ ਪਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਜਾਂਦੀ ਹੈ ਤੇ ਉਸ ਨੂੰ ਰੈਸਕਿਊ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੀਵ ਵਿਭਾਗ ਦੇ ਅਧਿਕਾਰੀ ਉਸ ਨੀਲ ਗਾਂ ਦੇ ਬੱਚੇ ਨੂੰ ਲੈ ਕੇ ਵੈਟਰਨਰੀ ਹਸਪਤਾਲ ਵਿਖੇ ਪਹੁੰਚਦੇ ਨੇ ਤੇ ਜਿੱਥੇ ਵੈਟਰਨਰੀ ਡਾਕਟਰ ਵੱਲੋਂ ਉਸਦਾ ਇਲਾਜ ਕੀਤਾ ਜਾਂਦਾ ਹੈ। ਪੰਜਾਬ ਟੀਵੀ ਪ੍ਰਾਈਮ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਰਮਨਦੀਪ ਨੇ ਦੱਸਿਆ ਕਿ ਇਹ ਬੱਚਾ 15 ਤੋਂ 20 ਦਿਨ ਦਾ ਲੱਗਦਾ ਹੈ ਤੇ ਘਾਇਲ ਹੋਣ ਦੇ ਚਲਦੇ ਹੋਏ ਇਸ ਦੇ ਕੀੜੇ ਪੈ ਗਏ ਸਨ ਤੇ ਹੁਣ ਇਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੀੜਿਆਂ ਨੂੰ ਨਿਕਾਲ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ 10 ਦਿਨ ਤੋਂ ਲੈ ਕੇ 14 ਦਿਨ ਤੱਕ ਇਸ ਬੱਚੇ ਦਾ ਇਲਾਜ ਕਰਨਾ ਪਵੇਗਾ, ਪਰ ਇਸ ਗੱਲ ਦੀ ਸਿਫਤ ਜ਼ਰੂਰ ਬਣਦੀ ਹੈ ਕਿ ਜੀਵ ਵਿਭਾਗ ਵੱਲੋਂ ਸਮੇਂ ਤੇ ਰਹਿੰਦੇ ਇਸ ਬੱਚੇ ਨੂੰ ਪਕੜ ਕੇ ਇਲਾਜ ਦੇ ਲਈ ਹਸਪਤਾਲ ਵਿੱਚ ਲਿਆਂਦਾ ਗਿਆ, ਪਰ ਕਿਤੇ ਨਾ ਕਿਤੇ ਇਸ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ ਤੱਕ ਪਹੁੰਚਾਉਣ ਦਾ ਢੰਗ ਜੀਵ ਵਿਭਾਗ ਦੇ ਅਧਿਕਾਰੀਆਂ ਦਾ ਕੁਝ ਨਿਰਾਲਾ ਹੀ ਸੀ, ਕਿਉਂਕਿ ਇਸ ਦੀਆਂ ਵੀਡੀਓ ਵਾਇਰਲ ਹੋ ਗਈਆਂ ਕਿ ਇਸ ਛੋਟੇ ਜਿਹੇ ਬੱਚੇ ਨੂੰ ਟੋਕਰੇ ਦੇ ਵਿੱਚ ਪਾ ਕੇ ਸਕੂਟਰ ਦੇ ਉੱਤੇ ਲੱਦ ਕੇ ਵਿਭਾਗ ਦੇ ਅਧਿਕਾਰੀ ਹਸਪਤਾਲ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਲਾਜ ਕਰਵਾ ਕੇ ਠੀਕ ਉਸੇ ਤਰ੍ਹਾਂ ਸਕੂਟਰ ਉੱਤੇ ਟੋਕਰੇ ਦੇ ਵਿੱਚ ਰੱਖ ਕੇ ਇਸ ਨੂੰ ਲੈ ਕੇ ਜਾਂਦੇ ਹਨ, ਪਰ ਜੀਵ ਵਿਭਾਗ ਦੀ ਕੋਈ ਵੀ ਗੱਡੀ ਜਾਂ ਫਿਰ ਕੋਈ ਹੋਰ ਵਾਹਨ ਇਸ ਨੂੰ ਲਿਜਾਉਣ ਦੇ ਲਈ ਨਹੀਂ ਵਰਤਿਆ ਗਿਆ ਤੇ ਜਦੋਂ ਇਸ ਸੰਬੰਧ ਦੇ ਵਿੱਚ ਸੰਬੰਧਿਤ ਵਿਭਾਗ ਦੇ DFO ਸਰਦਾਰ ਕੁਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰੈਸਕਿਊ ਕਰਨ ਦੇ ਲਈ ਉਹਨਾਂ ਕੋਲ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਹੀ ਗੱਡੀ ਹੈ ਤੇ ਜੋ ਕਿ ਮਲਟੀਟਾਸਕਾਂ ਤੇ ਚੱਲਦੇ ਹੋਏ ਅਲੱਗ ਅਲੱਗ ਥਾਵਾਂ ਉੱਤੇ ਜਾਂਦੀ ਹੈ। ਪਰ ਇਸ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਵਾਈਲਡਲਾਈਫ ਡਿਪਾਰਟਮੈਂਟ ਵਾਲੇ ਕਰਮਚਾਰੀ ਇੱਕ ਨੀਲਾ ਕਾਫ ਜੋ ਹੈ ਛੋਟਾ ਲਗਭਗ 15 ਤੋਂ 20 ਦਿਨ ਦੀ ਉਮਰ ਦਾ ਕਾਫ ਹੈ, ਇਹਨੂੰ ਲੈ ਕੇ ਆਏ। ਇਹਨੂੰ ਇਹਦੇ ਪੈਰੀਨਲ ਏਰੀਆ ਵਿੱਚ ਕਾਫੀ ਟਾਈਮ ਤੋਂ ਜ਼ਖਮ ਸੀ, ਇਸ ਲਈ ਕਾਫੀ ਵੱਡਾ ਜ਼ਖਮ ਹੋ ਗਿਆ ਔਰ ਕੀੜੇ ਪੈ ਗਏ ਥੇ। ਤਾਂ ਹੁਣ ਅਸੀਂ ਪੂਰਾ ਸਿਮਟੋਮੈਟਿਕ ਟ੍ਰੀਟਮੈਂਟ ਕੀ ਜ਼ਖਮ ਨੂੰ ਸਾਫ਼ ਕੀਤਾ, ਕੀੜੇ ਨਿਕਾਲੇ ਔਰ ਹੁਣ ਉਹਦਾ ਸਪੋਰਟਿਵ ਟ੍ਰੀਟਮੈਂਟ ਕਰ ਰਹੇ। ਇਹਨੂੰ ਲਗਭਗ 10 ਦਿਨ ਤੋਂ 2 ਹਫ਼ਤੇ ਤੱਕ ਕੇਅਰ ਵਿੱਚ ਰੱਖਣਾ ਪੈਣਾ। ਉੱਦਾਂ ਇਹਦੀ ਸਿਚੁਏਸ਼ਨ ਹਾਲੇ ਕ੍ਰਿਟੀਕਲ ਹੈ, ਪਰ ਆਈ ਹੋਪਫੁਲ ਕਿ ਇਹਨੂੰ ਬਚ ਜਾਣਾ। ਬਸ ਠੀਕ ਹੈ।